ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਸਿਆਸੀ ਅਖਾੜਾ ਜੋ ਹੈ ਉਹ ਪੱਕਿਆ ਹੋਇਆ ਹੈ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਦਾਅਵੇਦਾਰਾਂ ਦੇ ਵੱਲੋਂ ਆਪਣੀ ਸਰਪੰਚੀ ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜਿੱਥੇ ਬੀਤੇ ਦਿਨਾਂ ਤੁਹਾਨੂੰ ਪਹਿਲਾਂ ਖਬਰ ਦਿਖਾਈ ਸੀ ਕਿ ਸਰਪੰਚੀ ਦੇ ਲਈ 35 ਲੱਖ ਰੁਪਏ ਤੱਕ ਦੀ ਬੋਲੀ ਹੋਈ, ਪਰ ਹੁਣ ਜੋ ਅਸੀਂ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਉਸਦੀ ਬੋਲੀ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਜੀ ਹਾਂ, ਦੱਸ ਦਈਏ ਕਿ 2 ਕਰੋੜ ਰੁਪਏ ਦੀ ਸਰਪੰਚੀ ਦੇ ਲਈ ਬੋਲੀ ਲਗਾਈ ਗਈ ਹੈ। ਖਬਰ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਰਪੰਚੀ ਦੇ ਲਈ ਪਿੰਡ ਹਰਦੋਰਵਾਲ ਕਲਾਂ ਦੇ ਵਿੱਚ 2 ਕਰੋੜ ਰੁਪਏ ਦੀ ਬੋਲੀ ਲੱਗੀ ਹੈ। 3 ਧਿਰਾਂ ਦੇ ਵੱਲੋਂ ਸਰਪੰਚੀ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਸੀ ਤਾਂ ਆਤਮਾ ਸਿੰਘ ਦੇ ਵੱਲੋਂ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ। ਭਾਜਪਾ ਦਾ ਆਗੂ ਹੈ ਆਤਮਾ ਸਿੰਘ। ਹਾਲਾਂਕਿ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਬੋਲੀ ਫਾਈਨਲ ਨਹੀਂ ਹੈ, ਬੋਲੀ ਲਾਉਣ ਦਾ ਸਿਲਸਿਲਾ ਹਾਲੇ ਅੱਜ ਵੀ ਜਾਰੀ ਰਹੇਗਾ ਅਤੇ ਜੋ ਸ਼ਖਸ ਸਭ ਤੋਂ ਉੱਚੀ ਬੋਲੀ ਲਗਾਵੇਗਾ ਉਸ ਨੂੰ ਸਰਪੰਚੀ ਦਿੱਤੀ ਜਾਵੇਗੀ। ਤਾਂ ਦੱਸ ਦਈਏ ਕਿ ਜਿੱਥੇ 35 ਲੱਖ ਰੁਪਏ ਤੁਹਾਨੂੰ ਬੋਲੀ ਦਿਖਾਈ ਸੀ ਉੱਥੇ ਹੁਣ ਤੁਹਾਨੂੰ 2 ਕਰੋੜ ਰੁਪਏ ਦੀ ਬੋਲੀ ਦਿਖਾ ਰਹੇ ਹਾਂ। ਹਾਲਾਂਕਿ ਜਦੋਂ ਨਿਊਜ਼ 18 ਨੇ ਆਤਮਾ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸਦਾ ਕਹਿਣਾ ਸੀ 2 ਕਰੋੜ ਰੁਪਏ ਤਾਂ ਬਹੁਤ ਘੱਟ ਨੇ, ਜੇਕਰ 10 ਕਰੋੜ ਰੁਪਏ ਦੀ ਵੀ ਬੋਲੀ ਲੱਗੇਗੀ ਤਾਂ ਉਸਨੂੰ ਦੇਣ ਦੇ ਲਈ ਉਹ ਤਿਆਰ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ, ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਕਿਆ ਹੋਇਆ ਹੈ। ਇਸੇ ਵਿਚਕਾਰ ਸਰਪੰਚੀ ਆਪਣੇ ਨਾਲ ਲਵਾਉਣ ਦੇ ਲਈ ਹੁਣ ਲਗਾਤਾਰ ਜੋ ਧਨਾੜ ਨੇ ਸਰਮਾਏਦਾਰ ਨੇ ਉਹਨਾਂ ਦੇ ਵੱਲੋਂ ਹੁਣ ਵੱਡੀ ਵੱਡੀ ਕੀਮਤਾਂ ਜੋ ਨੇ ਉਹ ਦੇਣ ਲਈ ਤਿਆਰ ਹੋ ਗਏ ਨੇ। 35 ਲੱਖ ਤੋਂ ਬਾਅਦ ਹੁਣ ਸਿੱਧੀ 2 ਕਰੋੜ ਰੁਪਏ ਦੀ ਬੋਲੀ ਸਰਪੰਚੀ ਦੇ ਲਈ ਲੱਗੀ ਹੈ। ਹਾਲਾਂਕਿ ਇਹ ਬੋਲੀ ਫਾਈਨਲ ਨਹੀਂ ਹੋਈ ਹੈ, ਲੋਕਾਂ ਦਾ ਕਹਿਣਾ ਹੈ ਕਿ ਅੱਜ ਵੀ ਮੁੜ ਤੋਂ ਪਿੰਡ ਦੇ ਵਿੱਚ ਬੋਲੀ ਲਗਾਈ ਜਾਵੇਗੀ, ਜੋ ਸਭ ਤੋਂ ਉੱਚੀ ਬੋਲੀ ਦੇਵੇਗਾ ਉਸਨੂੰ ਇਹ ਸਰਪੰਚੀ ਦਿੱਤੀ ਜਾਵੇਗੀ। ਹਾਲਾਂਕਿ ਬੀਤੇ ਦਿਨਾਂ ਜਦੋਂ ਖਬਰ ਸਾਹਮਣੇ ਆਈ ਸੀ ਤਾਂ ਗਿੱਦੜਬਾਹਾ ਦੇ ਕੋਠੇ ਚੀਦੀਆਂ ਪਿੰਡ ਦੇ ਵਿੱਚ ਇੱਕ 35 ਲੱਖ 50 ਹਜ਼ਾਰ ਰੁਪਏ ਦੀ ਬੋਲੀ ਦੇ ਕੇ ਬੰਦੇ ਨੇ ਆਪਣੇ ਨਾਲ ਸਰਪੰਚੀ ਲਵਾਈ ਸੀ ਅਤੇ ਉੱਥੇ ਹੁਣ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾਂ ਦੇ ਵਿੱਚ 2 ਕਰੋੜ ਰੁਪਏ ਦੀ ਇਹ ਬੋਲੀ ਲਗਾਈ ਗਈ ਹੈ। ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣਾਂ ਨੂੰ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਸਿਆਸੀ ਅਖਾੜਾ ਜੋ ਹੈ ਉਹ ਪੱਕਿਆ ਹੋਇਆ ਹੈ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਦਾਅਵੇਦਾਰਾਂ ਦੇ ਵੱਲੋਂ ਆਪਣੀ ਸਰਪੰਚੀ ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜਿੱਥੇ ਬੀਤੇ ਦਿਨਾਂ ਤੁਹਾਨੂੰ ਪਹਿਲਾਂ ਖਬਰ ਦਿਖਾਈ ਸੀ ਕਿ ਸਰਪੰਚੀ ਦੇ ਲਈ 35 ਲੱਖ ਰੁਪਏ ਤੱਕ ਦੀ ਬੋਲੀ ਹੋਈ, ਪਰ ਹੁਣ ਜੋ ਅਸੀਂ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਉਸਦੀ ਬੋਲੀ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਜੀ ਹਾਂ, ਦੱਸ ਦਈਏ ਕਿ 2 ਕਰੋੜ ਰੁਪਏ ਦੀ ਸਰਪੰਚੀ ਦੇ ਲਈ ਬੋਲੀ ਲਗਾਈ ਗਈ ਹੈ। ਖਬਰ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਰਪੰਚੀ ਦੇ ਲਈ ਪਿੰਡ ਹਰਦੋਰਵਾਲ ਕਲਾਂ ਦੇ ਵਿੱਚ 2 ਕਰੋੜ ਰੁਪਏ ਦੀ ਬੋਲੀ ਲੱਗੀ ਹੈ। 3 ਧਿਰਾਂ ਦੇ ਵੱਲੋਂ ਸਰਪੰਚੀ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਸੀ ਤਾਂ ਆਤਮਾ ਸਿੰਘ ਦੇ ਵੱਲੋਂ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ। ਭਾਜਪਾ ਦਾ ਆਗੂ ਹੈ ਆਤਮਾ ਸਿੰਘ। ਹਾਲਾਂਕਿ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਬੋਲੀ ਫਾਈਨਲ ਨਹੀਂ ਹੈ, ਬੋਲੀ ਲਾਉਣ ਦਾ ਸਿਲਸਿਲਾ ਹਾਲੇ ਅੱਜ ਵੀ ਜਾਰੀ ਰਹੇਗਾ ਅਤੇ ਜੋ ਸ਼ਖਸ ਸਭ ਤੋਂ ਉੱਚੀ ਬੋਲੀ ਲਗਾਵੇਗਾ ਉਸਨੂੰ ਸਰਪੰਚੀ ਦਿੱਤੀ ਜਾਵੇਗੀ। ਤਾਂ ਦੱਸ ਦਈਏ ਕਿ ਜਿੱਥੇ 35 ਲੱਖ ਰੁਪਏ ਤੁਹਾਨੂੰ ਬੋਲੀ ਦਿਖਾਈ ਸੀ ਉੱਥੇ ਹੁਣ ਤੁਹਾਨੂੰ 2 ਕਰੋੜ ਰੁਪਏ ਦੀ ਬੋਲੀ ਦਿਖਾ ਰਹੇ ਹਾਂ। ਹਾਲਾਂਕਿ ਜਦੋਂ ਨਿਊਜ਼ 18 ਨੇ ਆਤਮਾ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸਦਾ ਕਹਿਣਾ ਸੀ 2 ਕਰੋੜ ਰੁਪਏ ਤਾਂ ਬਹੁਤ ਘੱਟ ਨੇ, ਜੇਕਰ 10 ਕਰੋੜ ਰੁਪਏ ਦੀ ਵੀ ਬੋਲੀ ਲੱਗੇਗੀ ਤਾਂ ਉਸਨੂੰ ਦੇਣ ਦੇ ਲਈ ਉਹ ਤਿਆਰ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ, ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਕਿਆ ਹੋਇਆ ਹੈ। ਇਸੇ ਵਿਚਕਾਰ ਸਰਪੰਚੀ ਆਪਣੇ ਨਾਲ ਲਵਾਉਣ ਦੇ ਲਈ ਹੁਣ ਲਗਾਤਾਰ ਜੋ ਧਨਾੜ ਨੇ ਸਰਮਾਏਦਾਰ ਨੇ ਉਹਨਾਂ ਦੇ ਵੱਲੋਂ ਹੁਣ ਵੱਡੀ ਵੱਡੀ
ਕੀਮਤਾਂ ਜੋ ਨੇ ਉਹ ਦੇਣ ਲਈ ਤਿਆਰ ਹੋ ਗਏ ਨੇ। 35 ਲੱਖ ਤੋਂ ਬਾਅਦ ਹੁਣ ਸਿੱਧੀ 2 ਕਰੋੜ ਰੁਪਏ ਦੀ ਬੋਲੀ ਸਰਪੰਚੀ ਦੇ ਲਈ ਲੱਗੀ ਹੈ। ਹਾਲਾਂਕਿ ਇਹ ਬੋਲੀ ਫਾਈਨਲ ਨਹੀਂ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਅੱਜ ਵੀ ਮੁੜ ਤੋਂ ਪਿੰਡ ਦੇ ਵਿੱਚ ਬੋਲੀ ਲਗਾਈ ਜਾਵੇਗੀ। ਜੋ ਸਭ ਤੋਂ ਉੱਚੀ ਬੋਲੀ ਦੇਵੇਗਾ ਉਸਨੂੰ ਇਹ ਸਰਪੰਚੀ ਦਿੱਤੀ ਜਾਵੇਗੀ। ਹਾਲਾਂਕਿ ਬੀਤੇ ਦਿਨਾਂ ਜਦੋਂ ਖਬਰ ਸਾਹਮਣੇ ਆਈ ਸੀ ਤਾਂ ਗਿੱਦੜਬਾਹਾ ਦੇ ਕੋਠੇ ਚੀਦੀਆਂ ਪਿੰਡ ਦੇ ਵਿੱਚ ਇੱਕ 35 ਲੱਖ 50 ਹਜ਼ਾਰ ਰੁਪਏ ਦੀ ਬੋਲੀ ਦੇ ਕੇ ਬੰਦੇ ਨੇ ਆਪਣੇ ਨਾਲ ਸਰਪੰਚੀ ਲਵਾਈ ਸੀ ਅਤੇ ਉੱਥੇ ਹੁਣ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਕਲਾਂ ਦੇ ਵਿੱਚ 2 ਕਰੋੜ ਰੁਪਏ ਦੀ ਇਹ ਬੋਲੀ ਲਗਾਈ ਗਈ ਹੈ।